ਜਿੱਥੇ ਇੱਕ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਵੀਆਈਪੀ ਕਲਚਰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਤਾਂ ਜੋ ਕਿਸੇ ਵੀ ਆਮ ਆਦਮੀ ਨੂੰ ਕਿਸੇ ਅਫਸਰ ਨਾਲ ਮਿਲਣ ਵਿੱਚ ਕੋਈ ਦਿੱਕਤ ਨਾ ਆਏ ਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਹੋਏ। ਪਰ ਸਰਕਾਰ ਦੇ ਅਫਸਰ ਹੀ ਸਰਕਾਰ ਦੇ ਬਣਾਏ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾ ਰਹੇ ਨੇ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਪਠਾਨਕੋਟ ਦੇ ਹਲਕਾ ਪੋਆ ਵਿੱਚ ਪੈਂਦੇ ਨਰੋੜ ਜੈਮਲ ਸਿੰਘ ਵਿਖੇ, ਜਿੱਥੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਆਏ ਨਾਇਬ ਤਹਿਸੀਲਦਾਰ ਆਪਣੀ ਪ੍ਰਾਈਵੇਟ ਗੱਡੀ ਤੇ ਸ਼ਰੇਆਮ ਨੀਲੀ ਬੱਤੀ ਲਗਾ ਕੇ ਘੁੰਮਦੇ ਨਜ਼ਰ ਆਏ। ਜਿਵੇਂ ਹੀ ਨੀਲੀ ਬੱਤੀ ਲੱਗੀ ਗੱਡੀ ਤੇ ਮੀਡੀਆ ਦੀ ਨਜ਼ਰ ਪਈ ਤਾਂ ਇਸ ਦ੍ਰਿਸ਼ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਗਿਆ। ਲਾਲ ਬੱਤੀ ਦਾ ਤੇ ਆਪਾਂ ਸੁਣਿਆ ਵਾ ਤੇ ਨੀਲੀ ਬੱਤੀ ਬਾਰੇ ਅਜੇ ਤੱਕ ਕੋਈ ਗੱਲਬਾਤ ਨਹੀਂ। ਤੇ ਵੈਸੇ ਵੀ ਨੀਲੀ ਬੱਤੀ ਤਾਂ ਹੀ ਆਪਾਂ ਜਦੋਂ ਕੋਈ ਵੀਆਈਪੀ ਡਿਊਟੀ ਦੇ ਜਾਂਦੇ ਹਾਂ ਤੇ ਫਿਰ ਉਹਦੇ ਵਿੱਚ ਆਮ ਤੌਰ 'ਤੇ ਅੱਜ ਜਿਵੇਂ ਸੱਤ ਥਾਂ 'ਤੇ ਅੱਗ ਲੱਗ ਗਈ ਹੈ, ਮੇਰੀ ਡਿਊਟੀ ਲੱਗੀ ਆ, ਰਿਪੋਰਟ ਆਈ ਆ, ਫਟਾਫਟ ਜਾ ਕੇ ਆਪਣੇ ਸੱਤ ਥਾਂ 'ਤੇ ਅੱਗ ਲੱਗੀ ਆ ਉੱਥੇ।